ਸੀ ਸੁਣ ਰਹੇ ਹੋ ਚਾਵਲਾ نیوز ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਜੀਦਾ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ ਧੰਨਵਾਦ ਚਾਵਲਾ ਸਾਹਿਬ ਨਾਲ ਜੁੜਨ ਲਈ ਕੀ ਹਾਲ ਚਾਲ ਠੀਕ ਠਾਕ ਵਧੀਆ ਚਾਵਲਾ ਸਾਹਿਬ ਫਸ ਕਲਾਸ ਵੱਖ-ਵੱਖ ਦੁਨੀਆ ਦੇ ਵਿੱਚ ਸਰਵੇ ਹੁੰਦੇ ਰਹਿੰਦੇ ਨੇ ਰੈਡ ਸੈਨ ਖਾਨ ਪੀਨ ਕਿਹੜਾ ਸ਼ਹਿਰ ਕਿਹੋ ਜਿਹਾ ਉੱਥੋਂ ਦੇ ਲੋਕ ਕਿਹੋ ਜੇ ਨੇ ਉਹਨਾਂ ਦਾ ਪਹਿਰਾਵਾ ਕਿਹੋ ਜਿਹਾ ਬੋਲਚਾਲ ਕਿਹੋ ਜਿਹਾ ਹਾਂਜੀ ਵੈਸੇ ਸਾਡੇ ਕਹਿੰਦੇ ਆ ਕਿ ਪੰਜਾਬੀ ਬੋਲੀ ਜਿਹੜੀ ਹੈ ਬੜੀ ਜਟਕੀ ਤੇ ਬੜੀ ਗਵਾਰੇ ਜੀ ਤੇ ਬੜੀ ਖਾਰਕੂ ਜੀ ਬੋਲੀ ਹੈ ਪਰ ਬਈ ਨਹੀਂ ਦੁਨੀਆ ਦੇ ਵਿੱਚ ਹੋਰ ਵੀ ਸ਼ਹਿਰਾਂ ਦੇ ਵਿੱਚ ਹੋਰ ਵੀ ਸੂਬਿਆਂ ਦੇ ਵਿੱਚ ਹੋਰ ਵੀ ਇਲਾਕਿਆਂ ਦੇ ਵਿੱਚ ਜਿੱਥੇ ਪੰਜਾਬੀਆਂ ਤੋਂ ਜ਼ਿਆਦਾ ਲੋਕ ਵਸਦੇ ਨੇ ਬਾਕੀ ਉੱਥੇ ਵੀ ਬੜੀ ਅਖੜ ਭਾਸ਼ਾ ਬੜੇ ਬੰਦੇ ਹੈਗੇ ਨੇ ਜਿਹੜਾ ਜਿਹੜਾ ਪੁਠਾ ਬੋਹ ਦੇ ਜਿਹੜਾ ਕਹ ਲੋ ਕਿ ਗਰਮ ਸੁਭਾ ਦੇ ਨੇ ਹਾਂ ਜੀ ਉਹਨਾਂ ਦੀ ਬੋਲੀ ਬੜੀ ਗਰਮ ਹੈ ਇੱਕ ਅੰਕੜਾ ਆਇਆ ਸਾਹਮਣੇ ਕਿਦਾ ਸਾਹਿਬ ਇੱਥੇ ਮੇਰੇ ਕੋਲ ਹੁਣੇ ਭੇਜਿਆ ਸੀ ਕਿੱਥੇ ਗਿਆ ਉਸ ਅੰਕੜੇ ਦੇ ਵਿੱਚ ਵੱਖ-ਵੱਖ ਜਿਹੜੇ ਸਾਡੇ ਕੈਨੇਡਾ ਦੇ ਵਿੱਚ ਜਿਹੜੇ ਨਾ ਜੀ ਏਰੀਆ ਵੌਨ ਏਰੀਆ ਜਿਹੜਾ ਜੀ ਬੜੇ ਟੌਰ ਨਾਲ ਕਿਹਾ ਜਾਂਦਾ ਵੌਨ ਏਰੀਆ ਵੌਨ ਇਹਦੇ ਵਿੱਚ ਮੈਂ ਨੈਸ਼ਨੈਲਟੀ ਕੋਈ ਨਹੀਂ ਲੈਣਾ ਚਾਹੁੰਦਾ ਨਾ ਸਮਝਣ ਵਾਲਿਆਂ ਨੂੰ ਪਤਾ ਹੈ ਵੋਂ ਜਿਹੜਾ ਨੰਬਰ 1 ਤੇ ਰੂਖੀ ਭਾਸ਼ਾ ਵਾਸਤੇ ਮੰਨਿਆ ਗਿਆ ਬੜਾ ਜੀ ਵੀ ਇਹ ਹਾਂਜੀ ਜਿਹੜੀ ਭਾਸ਼ਾ ਇਹਨਾਂ ਦੀ ਜਿਹਦੀ ਹੈ ਰੂਟਸ ਪੜਾਜ ਭਾਸ਼ਾ ਹੁੰਦੀ ਹੈ ਨਾ ਰੂਟ ਬੂਗਲ ਦਾ ਬਹੁਤ ਜ਼ਿਆਦਾ ਹਨਾ ਉਹ ਤੇ ਸਾਡਾ ਇੱਕ ਹੋਰ ਏਰੀਆ ਜੀ ਇਹ ਨੰਬਰ 2 ਤੇ ਆਉਂਦਾ ਇਥੋਂ ala ਐਵਰੇਜ ਉਹਦੀ ਜਿਹੜੀ ਹੈ ਕੋਕਿਉਟਮ ਇਹ ਏਰੀਆ ਹੈ ਉਹ ਦੂਜੇ ਨੰਬਰ ਤੇ ਆਇਆ ਤੇ ਸਾਡਾ ਜਿਹੜਾ ਬ੍ਰੈਮਟਨ 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 ਜੀ ਤੀਜੇ ਨੰਬਰ ਤੇ ਆ ਗਿਆ ਤੇ ਸਰੀ ਪੰਜਾਬੀਆਂ ਦਾ ਗੜ ਚੌਥੇ ਨੰਬਰ ਤੇ ਆ ਗਿਆ ਵਿਰਜ਼ਰ ਪੰਜਵੇਂ ਨੰਬਰ ਤੇ ਹੈ Thunder Bay ਜਿਹੜਾ ਹੈ ਜੀ ਇਹ ਆ ਗਿਆ ਛੇਵੇਂ ਤੇ ਰਜੀਨੀਆ ਸੱਤਵੇਂ ਤੇ ਐਡਮਿੰਟਨ ਅੱਠਵੇਂ ਤੇ ਤੇ ਸਡਬਰੀ ਨੌਵੇਂ ਤੇ ਤੇ ਵਿਨੀ ਪੈਗ ਵਾਲੇ ਦਸਵੇਂ ਨੰਬਰ ਤੇ ਨੇ ਤੇ ਪਹਿਲੇ ਤੇ ਸਾਡਾ ਵੌਨ ਹੈ ਅੱਛਾ ਵੌਨ ਦਾ ਏਰੀਆ ਜਿਹੜਾ ਜੀ ਅਸੀਂ ਪ੍ਰੋਵਿੰਸਿਅਲ ਲੈਵਲ ਤੇ ਗੱਲ ਕਰਦੇ ਆ ਤਾਂ ਤਾਂ ਵੀ ਉਹ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਸਾਡਾ ਬ੍ਰੈਂਪਟਨ ਤੇ ਤੀਜੇ ਨੰਬਰ ਤੇ ਟੋਰਾਂਟੋ ਤੇ ਚੌਥੇ ਨੰਬਰ ਤੇ ਰੁਖੀ ਭਾਸ਼ਾ ਬੋਲਣ ਵਾਲੇ ਮਿਸਿਸਾਗਾ ਵਾਲੇ ਨੇ ਪੰਜਵੇਂ ਤੇ ਰਿਚਮੈਂਡ ਤੇ ਬਰਲਿੰਗਟਨ ਛੇਵੇਂ ਤੇ ਤੇ ਆਸ਼ਵਾ ਆ ਗਿਆ ਸਾਡਾ ਸੱਤਵੇਂ ਤੇ ਤੇ ਓਕਵਿਲ ਆ ਗਿਆ ਅੱਠਵੇਂ ਤੇ ਨੌਵੇਂ ਤੇ ਆ ਗਿਆ ਮਾਰਖਮ ਇਹ ਹੈ ਜੀ ਰੁਖੀ ਭਾਸ਼ਾ ਵਾਲੇ ਪ੍ਰੋਗਰਾਮ ਰੰਗਲਾ ਪੰਜਾਬ ਹਾਂ ਜੀ ਜਿਹਨੂੰ ਕਹਿੰਦੇ ਬੜੇ ਰੂਡ ਬੋਲਦੇ ਨੇ ਹਾਂ ਜੀ ਕਈਆਂ ਸਾਵਾ ਦੇ ਉੱਤੇ ਮੈਂ ਸੋਚਿਆ ਸੀ ਕਿ ਸਰੀ ਵੀ ਸੀ ਪਹਿਲੇ ਤੇ ਆਊਗਾ ਜਾਂ ਬ੍ਰੈਂਪਟਨ ਸਾਡਾ ਪਹਿਲੇ ਤੇ ਆਊ ਪਰੰਤੂ ਵੌਨ ਏਰੀਆ ਪਹਿਲੇ ਨੰਬਰ ਤੇ ਆ ਖੈਰ ਐਨੀਵੇ ਸੀਜੀਐਮਆਰ 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸਟੂਡੀਓ ਦਾ ਨੰਬਰ ਹੈ 905 813 1320 ਕਿਤਾਬ ਸਭ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਕਾਫੀ ਪਹਿਲਾਂ ਬੀਜੇਪੀ ਨੇ ਆਪਣੇ 39 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਹੂੰ ਇਹ ਉਹ ਏਰੀਆ ਵਾ ਜਿੱਥੇ ਲਗਾਤਾਰ ਹਾਰ ਰਹੀ ਹੈ ਭਾਜਪਾ ਉੱਥੇ ਹੀ ਲਿਸਟ ਜਾਰੀ ਕੀਤੀ ਹੈ ਇਹ ਪੈਦੜਾ ਕਿਵੇਂ ਲੈ ਰਹੇ ਹੋ ਤੁਸੀਂ ਤਵਲਤ ਸਾਹਿਬ ਅਸਲ ਵਿੱਚ ਨਾ ਬੀਜੇਪੀ ਹੁਣ ਜਿਹੜੀਆਂ ਅਗਲੀਆਂ ਸੀਟਾਂ ਜਿਹੜੀਆਂ ਕਿ ਹਾਰ ਰਹੀ ਹੈ ਜੀ ਉਹ ਲਗਾਤਾਰ ਦੋ ਦੋ ਵਾਰੀ ਆ ਰਹੀ ਹੈ ਉੱਥੇ ਉਹਨਾਂ ਤੋਂ ਜਿੰਨਾ ਚਾਹੁੰਦੀ ਹੈ ਕਿਉਂ ਜਿੱਥੇ ਨਾ ਜੀ ਜਿਸ ਹਲਕੇ ਵਿੱਚ ਭਾਜਪਾ ਸਮਝਦੇ ਵਿੱਚ ਜਿਸ ਹਲਕੇ ਵਿੱਚ ਨਾ ਭਾਜਪਾ ਨਹੀਂ ਹੈਗੀ ਉਸ ਹਲਕੇ ਵਿੱਚ ਲੋਕਾਂ ਨੂੰ ਭਰਮਾਇਆ ਜਾ ਸਕਦਾ ਹਾਂ ਉਹਨਾਂ ਦੇ ਨਾਲ ਉਹਨਾਂ ਲੋਕਾਂ ਦੇ ਕੋਲ ਜਾ ਕੇ ਗੱਲ ਕੀਤੀ ਜਾ ਸਕਦੀ ਤੁਹਾਡਾ ਐਮਐਲਏ ਭਾਈ ਤੇ ਸਾਡੀ ਵਿਰੋਧੀ ਪਾਰਟੀ ਦਾ ਸੀਗਾ ਉਹਨੇ ਕੀ ਕੀਤਾ ਤੁਹਾਡੇ ਨਾਲ ਇਸ ਕਰਕੇ ਤੁਸੀਂ ਬੀਜੇਪੀ ਦੇ ਮੈਲੇ ਨੂੰ ਸੁਣਦੇ ਇਹ ਚੋਣ ਤੇ ਤੁਹਾਨੂੰ ਲਾਭ ਮਿਲੇਗਾ ਤੁਹਾਡਾ ਵਿਕਾਸ ਵੀ ਹੋਏਗਾ ਤੇ ਇਸ ਤਰੀਕੇ ਨਾਲ ਨਾ ਜੀ ਜਿਹੜੇ ਗੁਜਰਾਤ ਦਾ ਸੀਗਾ ਜੀ ਬਿਹਾਰ ਦਾ ਮਹਾਰਾਸ਼ਟਰ ਦਾ ਜਿਹੜੇ ਐਮਐਲਏ ਸੀਗੇ ਜਿਨ੍ਹਾਂ ਨੇ ਇਹ ਲਿਸਟਾਂ ਬਣਾਉਣੀਆਂ ਨੇ ਮੱਧ ਪ੍ਰਦੇਸ਼ ਦੇ ਵਿੱਚ ਖਾਸ ਕਰਕੇ ਤੇ ਸ਼ਿਵਰਾ ਚੋਹਾਨ ਉੱਥੇ ਮੁੱਖ ਮੰਤਰੀ ਹੈਗੇ ਨੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਾਂ ਇਹਨਾਂ ਨੂੰ ਪਹਿਲਾਂ ਹੀ ਐਲਾਨ ਦੋ ਆਪੇ ਤਿਆਰੀ ਕਰਦੇ ਰਹਿਣਗੇ ਜੇ ਚੋਣਾਂ ਤਾਂ ਮੇਰੇ ਖਿਆਲ 'ਚ ਆਈ ਥਿੰਕ ਜਿਹੜੇ ਲਾਸਟ ਦਸੰਬਰ ਦੇ ਵਿੱਚ ਹੋਣੀਆਂ ਨੇ ਹਲਤਾਂ ਦਸੰਬਰ ਜਾਂ ਜਨਵਰੀ 'ਚ ਪਰ ਇਹਨਾਂ ਨੇ ਪਹਿਲਾਂ ਹੀ ਇਹ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਨਾ ਉਮੀਦਵਾਰ ਨਾਮ ਕਰਤਾ ਉਮੀਦਵਾਰ ਜਿਹੜੇ ਉਸ ਸਹਦ ਇਸ ਕਰਕੇ ਕਿ ਆ ਜਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣਾ ਪ੍ਰਚਾਰ ਕਰ ਸਕਣਗੇ ਇਹ ਬੀਜੇਪੀ ਦਾ ਨਵਾਂ ਫੰਡਾ ਦੇਖਣ ਨੂੰ ਮਿਲਿਆ ਨਵੀਂ ਇਹੀ ਗੱਲ ਇਹ ਗੱਲ ਫੜਾ ਰਹੀ ਆ ਰਾਜਸਥਾਨ ਦੇ ਵਿੱਚ ਕਾਂਗਰਸ ਕਾਂਗਰਸ ਵੀ ਪਹਿਲਾਂ ਹੀ ਉਮੀਦਵਾਰ ਐਲਾਨਣ ਜਾ ਰਹੀ ਆ ਆਪਣੇ ਚੋਣਾਂ ਤੋਂ ਕਾਫੀ ਪਹਿਲਾਂ ਜਾਵਦਾ ਸੱਤ ਹਏ ਮਾਂ ਜਮੀਨੀ ਤੇ ਪੁੱਤ ਬਨੇਰੇ ਤੇ ਸਾਡੇ ਫਿਰ ਆਮ ਆਦਮੀ ਵਾਲੇ ਤੇ ਬਦਲਾ ਦੇ ਦਿੱਤਾ ਨਾ ਪੰਚਾਇਤਾਂ ਭੰਗ ਕਰਤੀਆਂ ਪਹਿਲਾਂ ਹੀ ਬਿਲਕੁਲ ਜੀ ਉਹ ਤਾਂ ਹਾਈ ਕੋਰਟ ਚ ਪਹੁੰਚ ਕੇ ਚਾਵਲਾ ਸਾਹਿਬ ਇਹ ਵੀ ਤਾਂ ਰਾਜਨੀਤੀ ਹੈ ਪੰਚਾਇਤਾਂ ਪਹਿਲਾਂ ਹੀ ਪੰਗ ਕਰਦੀਆਂ ਕਿ ਪਹਿਲਾਂ ਹੋਇਆ ਇੰਨਾ ਇੰਨੇ ਇੰਨੀ ਦਿਨ ਪਹਿਲਾਂ ਹੀ ਪੰਗ ਕਰ ਦਿੱਤੀਆਂ ਹੁਣ ਵੀ ਆਪਣੇ ਬਣਾਉਣੇ ਜੀ ਲੋਕਾਂ ਦੇ ਬਣਾਉਣੇ ਇਹ ਪਿੰਡ ਵਾਸੀ ਸਰਪੰਚ ਬਣਾਉਣੇ ਨੇ ਐਮਐਲਏ ਦੇ ਕਹਿੰਦੇ ਨੇ ਬਨ ਗਿਆ ਕੀ ਕੀ ਬਾਤ ਹੈ ਚਲੋ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ